दोस्तों आपां अक्सर ही देखते हैं भी बहुत सारे पिंडां दे विच बच्चों के पढ़ने के लिए स्कूल तो होवे चाहे ना होवे पर पिंड दे विच जिहड़े शमशान घाट ने वह तीन या चार या दो जरूर होंदे ने। पर अज तुहानूं एक अजिहे पिंड दे विच लैके आए हाँ भी जिथे पिंड दे विच चार शमशान घाट बने हुए सीगे। पिंड दे लोकां ने एक बड़ा उपराला करदे हुए चारां दे विचों तीन शमशान घाट जिहड़े बंद करके वह जिहड़ी जगह सी वह जमीन सीगी 8 किले जमीन सीगी वह काज दे लई दान करती आ। ते अज असी उस शमशान घाट दे विच खड़े हां भी जिस जगह दे उपर वह मैड कोई भी कालज आ जिहड़ा वह बन जा रहा गा। ते इह पिंड दा एक बहुत वड्डा उपराला गा भी पिंड दे विच चार सेवा चों तीन सेवे जिहड़े बंद करके एक सेवा रख्या गा ते बाकी जिहड़ी जगह गी वह कालज दे दान करती। ते इस जगह दे उपर हुण कोई कालज बनेगा बच्चों के लिए ते बच्चों के भविख दे लिए पिंड दे लोकां ने जिहड़ा पिंड दे नगर दीआं कमेटियां ने जां क्लब ने जो भी हैगा पिंड दे विच सांझियां कमेटियां ने उन्होंने एक बड़ा जिहड़ा उपराला कीता गा। भाई वालता दा जिहड़ा इह बड़ा जिहड़ा मैसेज आ उह लोकां नूं दित्ता ते आपां उस पिंड दे विच अज पहुंचे आ ते आपां गल्लबात करदे आ उत्थों दे लोकां दे नाल। दोस्तों आपां उस नगर दे पिंड दे वासियां नाल आपां गल्लबात करांगे भी उन्हां ने जिहड़ा इह फैसला ते किवें लिया गा। हां बई जी अपना नाम दस दो। नाम गुरिंदर जोशी। पता लग्या भी तुसी अपने पिंड दे विचों चार दे विचों तीन जिहड़े शमशान घाट सी ओह बंद करते आ ते ओह जगह सी जिहड़ी सारी ओह कालज नूं लैती ते किन्नी जिहड़े इह जगह सी जिहड़ी कुल इह साडे 8 एकड़ जगह जी दो छप्पड़ आ गए जी इह शमशान घाट आ गई तीन चार साडे। ठीक है हांजी। ते इह कालज नूं दान कीता केड़ा बच्चां लई केड़ा कालज वगैरह बण रिहा जी? प्लस टू तों बाद जिहड़े कोर्स हुंदे आ जी जिवें पीएम योजना दे अधीन आ कोई स्किल दे कोर्स स्किल स्किल दे कोर्स ने जी। ठीक है ओहदे लई दान दित्ता जी। ठीक है ते अपना नाम की है जी? सज्जू राम ऋषि। ਇਹ ਦੱਸੋ ਜੀ ਮਤਲਬ ਕਿੰਨੀ ਪਿੰਡ ਦੇ ਵਿੱਚ ਆਬਾਦੀ ਆ? ਸਾਡੀ ਆਬਾਦੀ 5500 ਦੇ ਨੇੜੇ ਤੇੜੇ ਹੈਗੀ ਆ ਜੀ 5000 ਤੋਂ ਉੱਪਰ ਹੈ 3000 ਵੋਟ ਹੈ। ਠੀਕ ਹੈ ਹਾਂ। ਕਿੰਨੇ ਸ਼ਮਸ਼ਾਨ ਘਾਟ ਬਣੇ ਸੀ ਪਹਿਲਾਂ? ਸਾਡੇ 4 ਸੀਗੇ ਇੱਥੇ ਪਹਿਲਾਂ। ਠੀਕ ਹੈ। ਉਹਦੇ ਵਿੱਚੋਂ 3 ਅਸੀਂ ਜਿਹੜੇ ਹੈਗੇ ਨੇ ਉਹ ਇਕੱਠੇ ਕਰਕੇ ਦਾਨ ਕਰਤੀ ਜਗ੍ਹਾ ਜਿਹੜੀ ਹੈਗੀ ਆ ਤੇ ਉਹ ਚੌਥਾ ਇੱਕ ਥਾਂ ਰੱਖ ਲਿਆ ਸਾਰੇ ਪਿੰਡ ਦਾ ਸਾਂਝਾ ਗੁਰਦੁਆਰਾ ਸਭ ਦੇ ਨਾਲ ਲੱਗਦਾ ਉਧਰਲੇ ਪਾਸੇ। ਠੀਕ ਹੈ ਜੀ ਹਾਂਜੀ। ਕਿੰਨੇ ਟਾਈਮ ਤੋਂ ਇਹ ਚੱਲ ਰਹੀ ਸੀ ਇਹ ਜਿਹੜੇ 4 ਸ਼ਮਸ਼ਾਨ? ਇਹ ਤਾਂ ਆਦ ਤੋਂ ਹੀ ਚੱਲ ਰਹੇ ਸੀਗੇ ਜੀ ਜਦੋਂ ਤੋਂ ਪਿੰਡ ਬਣਿਆ ਹੈ ਉਸ ਦਿਨ ਤੋਂ ਹੀ ਚੱਲ ਰਹੇ ਸੀ ਚਾਰੇ। ਉਦੋਂ ਤੋਂ 4 ਚੱਲ ਰਹੇ ਸੀ ਹਾਂ ਕਿਉਂਕਿ ਇੱਕ ਸਾਡੇ ਇੱਧਰ ਮਹੰਤਾਂ ਦੇ ਘਰ ਨੇ 20-25 ਕਿਉਂਕਿ ਉਹ ਕੁਛ ਉਹਨਾਂ ਦੇ ਰੀਤੀ ਰਿਵਾਜ ਵੀ ਉਹ ਦਫਨਾਉਂਦੇ ਸੀ ਪਹਿਲਾਂ ਉਹ ਸਮਾਧੀ ਦਿੰਦੇ ਸੀ ਉਹਨਾਂ ਨੇ ਵੀ ਸਾਰਿਆਂ ਨੇ ਰਲ ਕੇ ਇਹ ਸਾਰਾ ਸਾਡਾ ਜਿਹੜਾ ਹੈਗਾ ਇੱਧਰ ਐਸੀ ਭਾਈਚਾਰੇ ਦਾ ਸੀਗਾ ਤੇ ਇਹ ਜਨਰਲ ਸੀ ਜਿੱਥੇ ਆਪਾਂ ਖੜੇ ਹਾਂ ਤੇ ਸਾਰਿਆਂ ਨੇ ਇਹ ਫੈਸਲਾ ਕਰਕੇ 3 ਸ਼ਮਸ਼ਾਨ ਘਾਟ ਜਿਹੜੇ ਬੰਦ ਕਰਕੇ ਦਾਨ ਕਰਤੀ ਜਗ੍ਹਾ ਤੇ ਉਹ ਚੌਥਾ ਜਿਹੜਾ ਹੈਗਾ ਉਹ ਰੱਖ ਲਿਆ। ਠੀਕ ਹੈ ਇਹ ਮੰਨ ਲਓ ਇਹ ਆਪਣਾ ਇਹਦੇ ਲਈ ਇਹ ਆਪਣੇ ਮਨ ਦੇ ਵਿੱਚ ਕਿਵੇਂ ਆਇਆ ਵੀ ਅਸੀਂ ਜਿਹੜੇ ਪਿੰਡ ਦੇ ਵਿੱਚ ਆ ਵੀ 3-4 ਸ਼ਮਸ਼ਾਨ ਘਾਟ ਜਿਹੜੇ ਕਈ ਸਾਲਾਂ ਤੋਂ ਚੱਲ ਰਹੇ ਸੀਗੇ ਉਹਦੇ ਵਿੱਚੋਂ ਵੀ ਇੱਕ ਰੱਖ ਕੇ ਅਸੀਂ ਬਾਕੀ ਜਿਹੜੀ ਜ਼ਮੀਨ ਆ ਉਹ ਕਾਲਜ ਨੂੰ ਦੇ ਦਈਏ ਵੀ ਸਾਡੇ ਇੱਥੇ ਕਾਲਜ ਬਣਨਾ ਚਾਹੀਦਾ ਇਹ ਕਿਵੇਂ ਆਪਣੇ ਮਨ ਦੇ ਵਿੱਚ ਆਇਆ? ਦੇਖੋ ਮਨ ਦੇ ਵਿੱਚ ਤਾਂ ਇਹ ਹੈ ਜੀ ਜਦੋਂ ਸਾਰੇ ਲੋਕਾਂ ਨੇ ਬੈਠ ਕੇ ਵਿਚਾਰ ਕੀਤਾ ਵੀ ਜਗ੍ਹਾ ਕਿੱਥੇ ਦੇਈਏ ਕਿਉਂਕਿ ਅਸੀਂ ਸਮਝਦੇ ਸੀ ਸਾਰੇ ਵੀ ਸ਼ਮਸ਼ਾਨ ਘਾਟ ਦਾ ਜਿਵੇਂ ਹੁਣ ਬਾਹਰ ਸ਼ਹਿਰਾਂ ਦੇ ਵਿੱਚ ਜਾਂ ਦੂਸਰੇ ਥਾਵਾਂ ਦੇ ਉੱਤੇ ਇੱਕ ਸ਼ਮਸ਼ਾਨ ਘਾਟ ਨਾਲ ਵੀ ਸਰ ਸਕਦਾ ਇਹਦੇ ਨਾਲ ਸਾਡਾ ਜਿਹੜਾ ਭਾਈਚਾਰਾ ਵੀ ਕਾਇਮ ਹੁੰਦਾ ਸਾਰਾ ਤੇ ਉਹਦੇ ਨਾਲ ਅਗਲੀ ਹੈਗੀ ਆ ਵੀ ਇਹਦਾ ਸਭ ਤੋਂ ਵਧੀਆ ਉਪਯੋਗ ਇਹ ਹੁੰਦਾ ਵੀ ਇੱਥੇ ਕਈ ਟਰੇਡਾਂ ਆਉਣੀਆਂ ਚੰਗਾ ਕਾਲਜ ਬਣਨਾ ਬੱਚਿਆਂ ਦਾ ਭਵਿੱਖ ਇੱਥੇ ਬਣਨਾ ਬਾਕੀ ਦੇ 4-5 ਪਿੰਡਾਂ ਨੂੰ ਵੀ ਇਹਦਾ ਜਿਹੜਾ ਹੈਗਾ ਫਾਇਦਾ ਹੋਣਾ ਇਹ ਸਾਰਾ ਕੁਛ ਸੋਚ ਕੇ ਵਿਚਾਰ ਕੇ ਪੰਚਾਇਤ ਨਾਲ ਕਲੱਬ ਨਾਲ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਸਾਰਿਆਂ ਨੇ ਹੀ ਸਰਬਸੰਮਤੀ ਨਾਲ ਇਹ ਮਤਲਬ ਫੈਸਲਾ ਕੀਤਾ ਵੀ ਇਹ 3 ਸ਼ਮਸ਼ਾਨ ਘਾਟ ਬੰਦ ਕਰਕੇ ਦਾਨ ਕਰ ਦਿਓ ਕਾਲਜ ਨੂੰ ਤੇ ਚੌਥਾ ਜਿਹੜਾ ਹੈਗਾ ਇਕੱਲਾ ਸਾਂਝਾ ਰੱਖ ਲਓ। ਠੀਕ ਹੈ ਧੰਨਵਾਦ ਜੀ। ਆਪਣਾ ਨਾਮ ਕੀ ਹੈ ਜੀ? ਲਵ ਗਰਾਈ। ਤੇ ਇੱਥੇ ਵਾਰਡ ਨੇ ਪਿੰਡ ਦੇ ਵਿੱਚ ਬਣੇ ਹੋਏ ਵਾਰਡ ਦਾ ਮਾਤਰੀ ਨਾਉ ਨਹੀਂ? ਅੱਛਾ ਕਿੰਨੇ ਕਾਫੀ ਮੰਨ ਲਓ ਜਿਹੜੀਆਂ ਕਮੇਟੀਆਂ ਨੇ ਪਿੰਡ ਦੇ ਵਿੱਚ ਕਲੱਬ ਨੇ ਜਾਂ ਸਾਰੇ ਨਗਰ ਨੇ ਜਿਹੜਾ ਇਸ ਲਈ ਸਹਿਯੋਗ ਦਿੱਤਾ ਗਿਆ ਜੀ? ਸਭ ਨੇ ਜੀ ਸਭ ਨੇ। ਕਿਸੇ ਨੇ ਵਿਰੋਧ ਨਹੀਂ ਕੀਤਾ ਇਸ ਚੀਜ਼ ਦੇ ਲਈ? ਨਾ ਜੀ ਇਹਦਾ ਮਤਲਬ ਹੀ ਨਹੀਂ। ਹੁਣ ਮੈਂ ਆ ਜੀ ਮੈਂ ਗਰੀਬ ਬੰਦਾ ਮੇਰੇ ਬੱਚੇ ਬਾਹਰ ਜਾਂਦੇ ਨੇ ਮੈਨੂੰ ਸਰਦਾ ਨਹੀਂ ਮੇਰਾ ਚੋਂ ਗੱਲ ਉੱਠ ਨਹੀਂ ਆਉਂਦਾ ਜੇ ਉਰੇ ਹੋ ਜੇ ਕਿਰਾਇਆ ਭਾੜਾ ਬਚੇ ਮੈਨੂੰ। ਹਾਂਜੀ ਹਾਂ ਫਰਕ ਪਊ ਨਹੀਂ ਜੀ ਪਊ। ਠੀਕ ਹੈ ਫਿਰ ਅਸੀਂ ਨਾਰਾਜ਼ ਕਿਉਂ ਹੋਵਾਂ ਗਰੀਬ ਬੰਦੇ ਸੰਧਾ ਸੌਖਾ ਜੀ। ਹਾਂਜੀ ਉਰੇ ਕੋਈ ਸਾਡਾ ਫੀਸ ਬੰਦ ਹੋਊਗੀ ਹੁਣ ਪੜ੍ਹਾਉਣੀ ਸਾਨੂੰ ਪੈਣਗੇ। ਹਾਂਜੀ ਹਾਂ ਦਿਹਾੜੀ ਵਾਲੇ ਬੰਦਾ ਕੀ ਕਰ ਲੂਗਾ ਜੀ ਤਾਂ ਸੋਚ ਕੇ ਬਣਾਏਗੇ ਗਰੀਬ ਤਾਂ ਅਸੀਂ ਮੂਹਰੇ ਹਾਂ। ਧੰਨਵਾਦ ਜੀ। ਆਪਣਾ ਬਾਈ ਜੀ ਨਾਂ ਕੀ ਆ? ਕੁਲਦੀਪ ਕੁਮਾਰ ਹੈ ਜੀ। ਪੜ੍ਹਾਈ ਦੇ ਲਈ ਵੱਡਾ ਕੋਈ ਕਾਲਜ ਵਗੈਰਾ? ਨਹੀਂ ਕੋਈ ਨਹੀਂ ਮਾਨਸਾ ਹੀ ਆ ਤੇ ਕਾਫੀ ਇਥੋਂ ਦੂਰ ਪੈਂਦਾ ਗਾ ਮਾਨਸਾ ਪੈਂਦੇ ਜੀ। ਤੇ ਤੁਹਾਡੇ ਇਸ ਉਪਰਾਲੇ ਨਾਲ ਪਿੰਡ ਦੇ ਵਿੱਚ ਕਿੰਨਾ ਕੁ ਜਿਹੜਾ ਫਾਇਦਾ ਹੋਊ ਆਲੇ ਦਾਲੇ ਦੇ ਪਿੰਡਾਂ ਨੂੰ? ਫਾਇਦਾ ਸੋਚ ਕੇ ਚੱਲੇ ਨੇ ਜਿਹੜਾ ਸਾਰੇ ਪਿੰਡ ਨੇ ਏਡਾ ਹੰਬਲਾ ਮਾਰਿਆ ਕੋਈ ਐਵੇਂ ਨਹੀਂ ਮਾਰਿਆ ਸਾਰੇ ਲੋਕ ਐਗਰੀ ਹੋ ਗਏ ਇਕੱਠੇ ਹੋ ਗਏ ਤੇ ਬਹੁਤ ਵਧੀਆ ਸਾਡੇ ਪਿੰਡ ਦਾ ਜੀ ਏਕਾ ਹੋ ਗਿਆ ਬਹੁਤ ਵਧੀਆ। ਠੀਕ ਹੈ ਹੋਰ ਪਿੰਡਾਂ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਤਾਂ ਇਹੀ ਕਹਿੰਦੇ ਜੀ ਵੀ ਮਿਲ ਜੁਲ ਕੇ ਰਹੋ ਜੀ
चार शमशान घाटा तीन बंद करके उन्होंने अपनी 8 एकड़ जमीन है जिहड़ी कालज नूं दित्ती है, जिथे पढ़ाई दे नाल संबंधित जिहड़ा ओह इक सेंटर खुलना जां इक कालज खुलना गा। ते इक पिंड ने बहुत ही जिहड़ा सलागा जो कदम जिहड़ा चुक्या गा। ते पिंड दे लोकां दा भी इही मैसेज है भी होरां पिंडां नूं भी अजिहे कम्मां दे लई पहलकदमी करनी चाहीदी आ। ते पिंडां दे विच बच्चां दे भविख लई अजिहे कार्ज जिहड़े आ ओह जरूर करने चाहीदे ने। जेकर तुहानूं इस पिंड दा इह एका इस पिंड दी सोच जां इस पिंड दा जिहड़ा कम्म आ ओह वधिया लग्गिया तां वीडियो नूं वध तों वध लोकां तक पहुंचदी कर दो। धन्नवाद दोस्तों।